सरकार के वालों टूल प्लाजे के रेट वधाए गए हैं, उत्थे ही इहदा विरोध किसान कर रहे हैं। अमृतसर के टूल प्लाजा मन वाले खड़े हाँ, जिथे कि किसानों के वालों जिहड़ा कि वड्डी मात्रा के विच इत्थे धरना लगाउण दी जिहड़ी आ उन्हां तों कहा जा रहा कि जे इन्हां ने टूल प्लाजे के रेट ना घटाए तो इत्थे प्रदर्शन अगे वांगू होवेगा। गलबात भी किसानों के नाल करांगे। वेख सकदे हो कि हत्थां दे विच झंडे फड़े हुए ने, क्योंकि लोगों नूं किसानी जिहड़ा पहलां लगे सी धरने वो याद आउंदे ने कि कितें ना कितें जदों किसानां ने धरना लगाया सी कोई भी टूल प्लाजा नहीं लगता सी, पर हुण केंद्र सरकार दे वल्लों पंजाब दे नाल खारबाजी कढ़ी जा रही आ, कितें ना कितें टूल प्लाजियां दे रेट वधा के गलबात करदे आ। इत्थे किसान आगू मौजूद ने, उन्हां दा की कहना सर, की नाम है जी? सरदार दिलबाग सिंह जी, आजाद किसान संघर्ष कमेटी साडी। किदां वेख रहे हो कि जिहड़ा अज तुहाडे वल्लों प्रदर्शन किया जा रहा टूल प्लाजे लैके? असीं टूल प्लाजे दे रेट इन्हां नाल साडी पहलों गल होई आ, बकायदा लैटर पैड लिखती साढ़े कोल आ, असीं इहदे रेट नहीं वधन देवांगे, पहले दे रहणगे। जे रेट वध लाउणगे ते असीं अगे तरह इहदे धरना ला के फ्री नगावांगे। ये लगता कि ये सारा जिहड़ा गरीब लोगों के उपर जेब दे असर पै रहा? बिल्कुल जी, देखो डीजल वधाता, डीजल कहिंदे आ वी बाहर लड़ाई लगी आ, इहदी तां नहीं लड़ाई लगी, इह अगों वधाउण डिआ आ। इहदे जिन्ने मुलाजम आ टूल ते सारिआं दीआं तनखावां पिछले नालों घट आ, 2-2 हज़ार रुपया घट आ तनखावां उहनां दीआं घट आ, ते टूल दे रेट वधाउण डिआ। लगता कि कितें ना कितें केंद्र सरकार पंजाब दे नाल खार कढ रही आ कि बिल्कुल जिहड़ी केंद्र सरकार आ उह साडी पंजाब दे नाल खौर कढ़न रही आ, क्यों उदों दा भाजपा दा बंदा कुछ बणिआ नहीं इत्थों, इस करके वो अपने दिल दे विच जिहड़ी खौर आ साडे रेट सिलेंडर वधाते, डीजल पेट्रोल वधाता, टूल प्लाजां दे रेट वधाते, मीटर चेप वाले ना ही मीटर लगन दांगे, बिल्कुल कोई मीटर नहीं लाउण दांगे पिंडां दे विच। जे टूल प्लाजां दे रेट नहीं घटणगे ते अगला कदम की होवे? घटणा अगला कदम अग्गियां बंद करांगे, संघर्ष करांगे पक्का। ਬਿਲਕੁਲ ਜੀ, ਹੋਰ ਵੀ ਅੱਗੇ ਮੌਜੂਦ। ਕੀ ਨਾਮ ਹੈ ਸਰ? ਮੈਂ ਕੀ ਨਾਮ ਹੈਗਾ? ਮੇਰਾ ਰਾਜਦੀਪ ਸਿੰਘ। ਕੀ ਕਹਿਣਾ ਚਾਹੁੰਦੇ ਜਿਹੜੇ ਰੇਟ ਵਧੇ ਟੂਲ ਪਲਾਜ਼ੇ ਦੇ? ਇਹ ਬਹੁਤ ਜ਼ਿਆਦਾ ਮੋਦੀ ਸਰਕਾਰ ਨੇ ਧੱਕਾ ਕਰਨ ਦੀ ਹੈ, ਕਿਸਾਨਾਂ ਨਾਲ ਧੱਕਾ ਹੋ ਰਿਹਾ ਸਾਰਾ ਜਿਹੜਾ। ਅਸੀਂ ਤਾਂ ਕਹਾਂਗੇ ਵੀ ਪਹਿਲੇ ਰੇਟ ਨਹੀਂ ਚਾਹੀਦੇ, ਪਹਿਲੇ ਰੇਟ। ਬਿਲਕੁਲ ਜੀ, ਹੋਰ ਵੀ ਕਿਸਾਨ ਆਗੂ ਮੌਜੂਦ ਨੇ, ਉਹਨਾਂ ਨਾਲ ਗੱਲਬਾਤ ਕਰਦੇ। ਸਰ ਕੀ ਨਾਮ ਹੈ ਜੀ? ਮੇਰਾ ਨਾਮ ਗੁਰਦੇਵ ਸਿੰਘ। ਗੁਰਦੇਵ ਸਿੰਘ ਜੀ, ਕਿੱਦਾਂ ਵੇਖ ਰਹੇ ਹੋ ਜਿਹੜੇ ਦਿਨ ਤੋਂ ਦਿਨ ਰੇਟ ਵੱਧ ਰਹੇ ਨੇ ਡੀਜ਼ਲ ਪੈਟਰੋਲ ਦੀਆਂ ਗੱਲਾਂ ਕੀਤੀ ਜਾਵੇ ਟੂਲ ਪਲਾਜ਼ਿਆਂ ਦੇ ਸਿਲੰਡਰਾਂ ਦੇ? ਇਹ ਮਤਲਬ ਮੋਦੀ ਸਰਕਾਰ ਜਿਹੜੀ ਆ ਸਿੱਖਾਂ ਦੇ ਜ਼ਖਮਾਂ ਦੇ ਲੂਣ ਪਾ ਰਹੀ ਆ, ਕਿਉਂਕਿ ਜੋ ਕਿਸਾਨੀ ਸੰਘਰਸ਼ ਪਹਿਲੋਂ ਸਾਲ ਪੂਰਾ ਚੱਲਿਆ, ਫਿਰ 2 ਮਹੀਨੇ ਅਸੀਂ ਉਹ ਤੋਂ ਬਾਅਦ ਵੀ ਟੂਲ ਪਲਾਜ਼ਾ ਦੇ ਧਰਨਾ ਦਿੱਤਾ ਵਾ ਰੇਟਾਂ ਦੇ ਕਰਕੇ, ਵੀ ਰੇਟ ਜਿਹੜਾ ਉਹ ਨਹੀਂ ਵਧਣ ਦੇਣਾ, ਜੋ ਪਹਿਲੇ ਰੇਟ ਆ ਪਹਿਲੇ ਰੇਟਾਂ ਦੇ ਆਧਾਰ 'ਤੇ ਮਤਲਬ ਟੂਲ ਚੱਲੂਗਾ। ਇਹਨਾਂ ਨੇ ਲਿਖੀ ਸਾਡੇ ਨਾਲ ਸਮਝੌਤਾ ਕਰਕੇ ਉਸੇ ਪੁਰਾਣੇ ਰੇਟਾਂ 'ਤੇ ਮਤਲਬ ਟੂਲ ਪਲਾਜ਼ਾ ਜਿਹੜਾ ਵਾ ਚਾਲੂ ਕੀਤਾ ਵਾ। ਉਸ ਦਿਨ ਵੀ ਇਹ ਸਾਡਾ ਇਹਨਾਂ ਨਾਲ ਗੱਲਬਾਤ ਹੋਈ ਸੀ, ਜੇਕਰ ਇਹ ਟੂਲ ਰੇਟ ਵਧਾਉਂਦੇ ਆ ਇਹ ਧਰਨਾ ਫਿਰ ਉਸੇ ਤਰ੍ਹਾਂ ਲੱਗ ਜੂਗਾ। ਬਿਲਕੁਲ ਜੀ, ਤਸਵੀਰਾਂ ਟੂਲ ਪਲਾਜ਼ੇ ਦੀਆਂ ਮੈਂ ਦਿਖਾਉਣਾ ਚਾਹਾਂਗੇ, ਅਤੇ ਇੱਥੇ ਜਿਹੜੇ ਰਾਹ ਚਾਲਕ ਨੇ ਜਾਂ ਡਰਾਈਵਰ ਚਾਲਕ ਨੇ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਕਿ ਕੀ ਕਹਿਣਾ ਉਹਨਾਂ ਦੇ। ਜੇ ਪਹਿਲਾਂ ਤਸਵੀਰਾਂ ਕੈਮਰਾ ਪਰਸਨ ਨੂੰ ਕਹੂੰਗਾ, ਤਸਵੀਰਾਂ ਦਿਖਾਈਆਂ ਜਾਣ ਜਿਹੜੇ ਦਿਨ ਤੋਂ ਦਿਨ ਜਿਹੜੇ ਰੇਟ ਵਧਾਏ ਜਾ ਰਹੇ ਨੇ। ਹਾਂਜੀ, ਕੀ ਨਾਮ ਹੈ ਜੀ? ਹਾਂਜੀ, ਦਰਸੇਮ ਸਿੰਘ ਭਾਅ ਜੀ, ਡਰਾਈਵਰ ਐਮ ਹੈ ਆਪਣੀ। ਮੇਰੀਆਂ 2 ਗੱਡੀਆਂ ਨੇ ਅੱਜ, 1500 ਰੁਪਇਆ ਗੱਡੀ ਨੂੰ ਮਹਾਲੀ ਤੱਕ ਲੱਗ ਗਿਆ ਜੀ, ਕਿਰਾਏ ਸਾਡੇ ਵਧੇ ਨਹੀਂ ਜੀ, ਟੂਲੇ ਸਾਨੂੰ ਵਧਾਈ ਜਾਂਦੇ ਆ। ਲੱਗਦਾ ਕਿ ਜਿਹਨਾਂ ਦੇ ਜਿਹੜੇ ਡਰਾਈਵਰ ਹੈਗੇ ਨੇ ਉਹਨਾਂ ਨੂੰ ਕੁਝ ਨਹੀਂ ਬਚ ਰਿਹਾ ਜੀ? ਕੋਈ ਕੱਖ ਨਹੀਂ ਬਚਣ ਡਿਆ ਜੀ ਗੱਡੀਆਂ ਨੂੰ, ਕੱਖ ਪੱਲੇ ਨਹੀਂ ਪੈਂਦੇ, ਕਿਰਾਏ ਵਧੇ ਨਹੀਂ ਡਏ, ਟੂਲੇ ਚੁੱਪ ਕਰਕੇ ਵਧਾਉਂਦੇ ਆ। ਜਦੋਂ ਇਹਨਾਂ ਨੂੰ ਮਜਬੂਰੀ ਪੈਂਦੀ ਆਪਦੇ ਟੂਲ ਵਧਾਉਂਦੇ, ਸਾਡਾ ਕੋਈ ਕਿਰਾਇਆ ਵਧ ਨਹੀਂ ਡਿਆ ਜੀ। ਲੱਗਦਾ ਕਿ ਜਿਹੜੇ ਡਰਾਈਵਰ ਹੈਗੇ ਨੇ ਜਾਂ ਮਾਲਕ ਉਹਨਾਂ ਦੇ, ਕਾਫੀ ਉਹਨਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ, ਬੜਾ ਮੁਸ਼ਕਲ ਆ ਰਹੀ ਹੈ। ਨਹੀਂ ਤਾਂ ਕੱਲ ਨੂੰ ਉਹ ਰੋਡਾਂ 'ਤੇ ਆ ਰਹੇ ਜੀ, ਉਹ ਵੀ ਉਹ ਵੀ ਰੋਡਾਂ 'ਤੇ ਆਉਣਗੇ, ਅਸੀਂ ਧਰਨੇ ਲਾਵਾਂਗੇ, ਬੰਦ ਕਰਾਂਗੇ ਜੀ, ਵੇ ਟੂਲ ਬੰਦ ਕਰ ਦਿਆਂਗੇ। ਬਿਲਕੁਲ ਜੀ, ਡਰਾਈਵਰਾਂ ਦੇ ਵੱਲੋਂ ਵੀ ਇਹੀ ਗੱਲ ਕਹੀ ਜਾ ਰਹੀ ਆ ਕਿ ਜੇ ਸਾਡੇ ਰੇਟ ਨਾ ਘਟਾਏ ਗਏ ਤਾਂ ਕਿਤੇ ਨਾ ਕਿਤੇ ਰੇਟ ਜਿਹੜਾ ਕਿ ਪ੍ਰਦਰਸ਼ਨ ਕੀਤਾ ਜਾਵੇਗਾ। ਗੱਲਬਾਤ ਇੱਥੇ ਹੋਰ ਵੀ ਲੋਕਾਂ ਨਾਲ ਕਰਾਂਗੇ ਕਿ ਕੀ ਕਹਿਣਾ ਆਪ, ਕਿਉਂਕਿ ਦੇਖ ਸਕਦੇ ਹੋ ਕਿ ਰੇਟ ਜਿਹੜੇ ਵੱਧ ਰਹੇ ਨੇ ਅਤੇ ਲੋਕਾਂ ਨੂੰ ਮੁਸ਼ਕਲਾਂ ਦਾ ਕਾਫੀ ਸਾਹਮਣਾ ਕਰਨਾ ਪੈ ਰਿਹਾ। ਲੋਕਾਂ ਦਾ ਕਹਿਣਾ ਕਿ ਜਿਹੜੇ ਕਿਸਾਨਾਂ ਦੇ ਵੱਲੋਂ ਧਰਨੇ ਲਗਾਏ ਗਏ ਸੀ ਉਹ ਬਿਲਕੁਲ ਸਹੀ ਸੀ, ਇਸ ਕਰਕੇ ਹੁਣ ਕਿਤੇ ਨਾ ਕਿਤੇ ਕੇਂਦਰ ਸਰਕਾਰ ਦੇ ਵੱਲੋਂ ਜਿਹੜਾ ਦਿਨ ਤੋਂ ਦਿਨ ਜਿਹੜੇ ਡੀਜ਼ਲ ਪੈਟਰੋਲ ਅਤੇ ਗੈਸ ਚੁੱਲ੍ਹੇ ਦੇ ਜਾਂ ਹੋਰ ਜਿਹੜੇ ਟੂਲ ਪਲਾਜ਼ੇ ਜਿਹੜੇ ਰੇਟ ਵਧਾਏ ਗਏ ਨੇ, ਇਹ ਸਾਰਾ ਅਸਰ ਗਰੀਬ ਲੋਕਾਂ ਦੀ ਜੇਬ 'ਤੇ ਪੈ ਰਿਹਾ। ਲਿਵਿੰਗ ਇੰਡੀਆ ਦੇ ਵੱਲੋਂ ਟੂਲ ਪਲਾਜ਼ਾ ਦੇ ਪਹੁੰਚ ਕੇ ਲੋਕਾਂ ਨਾਲ ਖਾਸ ਗੱਲਬਾਤ ਕੀਤੀ ਗਈ। ਕੈਮਰਾਮੈਨ ਨਵਨੀਤ ਦੇ ਨਾਲ ਮਨਜਿੰਦਰ ਸਿੰਘ, ਲਿਵਿੰਗ ਇੰਡੀਆ ਨਿਊਜ਼, ਅੰਮ੍ਰਿਤਸਰ।